ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਜੀ 30 ਨਵੰਬਰ ਤੱਕ ਭਰ ਸਕਦੇ ਹੋ ਇਨਕਮ ਟੈਕਸ ਰਿਟਰਨ ਪਿਛਲੇ ਵਿੱਤੀ ਬਾਰੇ 2019-20 ਦੇ ਮੁਲਾਂਕਣ ਬਾਰੇ 21 ਲਈ ਇਨਕਮ ਟੈਕਸ ਰਿਟਰਨ 30 ਨਵੰਬਰ ਤੱਕ ਦਾਖਲ ਕੀਤੀ ਜਾ ਸਕਦੀ ਹੈ ਜੀ ਸਧਾਰਨ ਸਾਲ ਚ 31 ਜੁਲਾਈ ਤੱਕ ਆਰਟੀਆਈ ਦਾਖਲ ਕਰਨੀ ਹੁੰਦੀ ਹੈ ਇਨਕਮ ਟੈਕਸ ਵਿਭਾਗ ਨੇ ਪਿਛਲੇ ਬਾਰੇ ਭਰੀ ਜਾਣ ਵਾਲੀ ਇਨਕਮ ਟੈਕਸ ਰਿਟਰਨ ਦੀ ਤਰੀਕ ਵਧਾ ਦਿੱਤੀ ਹੈ ਹੁਣ 18-19 ਤੇ ਮੁਲਾਂਕਣ 19ਵੀਂ ਦੀ ਆਰਡੀਆਈ 31 ਜੁਲਾਈ ਤੱਕ ਦਾਖਲ ਕੀਤੀ ਜਾ ਸਕਦੀ ਹੈ ਪੰਜਾਬ ਦਾ ਆਲ ਪਾਰਟੀ ਵਫਦ ਪੀਐਮ ਨੂੰ ਮਿਲੇਗਾ ਤੇ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲੈਣ ਦੀ ਮੰਗ ਕਰੇਗਾ ਭਾਜਪਾ ਤੋਂ ਬਿਨਾਂ ਸਾਰੀਆਂ ਪਾਰਟੀਆਂ ਨੇ ਕੇਂਦਰ ਨੂੰ ਖੇਤੀਬਾੜੀ ਆਰਡੀਨੈਂਸ ਵਾਪਸ ਲੈਣ ਦੇ ਲਈ ਮਤਾ ਪਾਸ ਕੀਤਾ ਹੈ ਘੱਟੋ ਘੱਟ ਸਮਰਥਨ ਮੁੱਲ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਆਰਡੀਨੈਂਸ ਸੰਗੀ ਢਾਂਚੇ ਵਿਰੋਧੀ ਨਹੀਂ ਪਰ ਇਸ ਕੈਪਟਨ ਨੇ ਐਸ ਐਮ ਐਸ ਪੀ ਅਤੇ ਪ੍ਰਧਾਨ ਮੰਤਰੀ ਨੂੰ ਵਫ਼ਦ ਮਿਲਣ ਦੇ ਫੈਸਲੇ ਦੀ ਹਮਾਇਤ ਕੀਤੀ ਹੈ ਮੁੱਖ ਮੰਤਰੀ ਨੇ ਆਰਡੀਨੈਂਸ ਨੂੰ ਖਤਰਨਾਕ ਦੱਸਦਿਆਂ ਕਿਹਾ ਕਿ ਉਹ ਹਰ ਕੀਮਤ ਤੇ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਖੜਨਗੇ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤਾ ਗਿਆ ਕਿਸਾਨ ਵਿਰੋਧੀ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੂਰਨ ਹਮਾਇਤ ਕਰਦੇ ਆ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਪ੍ਰਮੁੱਖ ਰਾਜਸੀ ਪਾਰਟੀਆਂ ਨੇ ਬੁੱਧਵਾਰ ਨੂੰ ਮਤਾ ਪਾਸ ਕੀਤਾ ਕਿ ਲੋਕ ਹਿੱਤ ਵਿੱਚ ਕੇਂਦਰ ਨੂੰ ਇਸ ਨੂੰ ਵਾਪਸ ਲੈਣ ਅਤੇ ਘੱਟੋ-ਘੱਟ ਸਮਰਥਨ ਮੁੱਲ ਦੇ ਨਾਲ ਨਾਂ ਛੇੜ-ਛਾੜ ਕਰਨ ਦੇ ਬਾਰੇ ਕਿਹਾ ਜਾਵੇਗਾ। ਭਾਜਪਾ ਨੇ ਜਿੱਥੇ ਇਸ ਮਤੇ ਦਾ ਮੁਕੰਮਲ ਵਿਰੋਧ ਕੀਤਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਮੋੜ ਵਿੱਚ ਇਸ ਉੱਤੇ ਆਪਣੇ ਖਦਸ਼ੇ ਜ਼ਾਹਿਰ ਕੀਤੇ ਸਨ ਪਰ ਅੰਤ ਦੇ ਵਿੱਚ ਇਸ ਮਤੇ ਉੱਤੇ ਦੂਜੀਆਂ ਪਾਰਟੀਆਂ ਦੇ ਨਾਲ ਖੜ੍ਹਦਿਆਂ ਇਸ ਗੱਲ ਉੱਤੇ ਅਸ਼ੰਕਾ ਸਹਿਮਤੀ ਦਿੱਤੀ ਘੱਟੋ-ਘੱਟ ਸਮਰਥਨ ਮੁੱਲ ਤੇ ਮੌਜੂਦਾ ਸਮੇਂ ਚ ਕੀਤੀ ਜਾਂਦੀ ਗਰੰਟੀਸ਼ੁਦਾ ਖਰੀਦ ਸੂਬੇ ਦੇ APMCs ਦੇ ਨਾਲ ਕਿਸੇ ਕੀਮਤ ਉੱਤੇ ਛੇੜਛਾੜ ਨਾ ਕੀਤੀ ਜਾਵੇ ਮਤਾ ਪੜਿਆ ਗਿਆ ਜੀ ਮੁੱਖ ਮੰਤਰੀ ਦੀ ਅਗਵਾਈ ਦੇ ਹੇਠ ਰਾਜਸੀ ਪਾਰਟੀਆਂ ਦਾ ਵਫ਼ਦ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਇਸ ਕਿਸਾਨ ਵਿਰੋਧੀ ਕਾਨੂੰਨ ਖਿਲਾਫ ਸਖਤ ਖਰਦਸ਼ੀਆਂ ਤੋਂ ਜਾਣੂ ਕਰਵਾਏ ਅਤੇ ਇਹ ਅਪੀਲ ਕਰੇ ਕਿ ਲੋਕ ਹਿੱਤ ਦੇ ਵਿੱਚ ਇਸ ਨੂੰ ਵਾਪਸ ਲਿਆ ਜਾਵੇ ਸੋ ਦੋਸਤੋ ਤੁਸੀਂ ਇਸ ਖਬਰ ਤੇ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸ ਸਕਦੇ ਹੋ ਜਿਹੜਾ ਕਿਸਾਨ ਵਿਰੋਧੀ ਆਰਡੀਨੈਂਸ ਸੈਂਟਰ ਸਰਕਾਰ ਮੋਦੀ ਸਰਕਾਰ ਲੈ ਕੇ ਆ ਰਹੀ ਹੈ ਜੀ ਉਸ ਦਾ ਕੀ ਕਰਨਾ ਚਾਹੀਦਾ ਤੁਹਾਡੇ ਅਨੁਸਾਰ ਉਹ ਲਾਗੂ ਹੋਣਾ ਚਾਹੀਦਾ ਜਾਂ ਨਾ ਲਾਗੂ ਹੋਣ ਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ ਨੁਕਸਾਨ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ 'ਚ ਜਰੂਰ ਲਿਖੋ ਵੱਡੇ ਘਰਾਣਿਆਂ ਦੇ ਫਾਇਦਿਆਂ ਦੇ ਲਈ ਸਰਕਾਰ ਕੋਟਰੀ ਆ ਕਿਸਾਨਾਂ ਦਾ ਗਲਾ ਬੈਂਸ ਕੇਂਦਰ ਸਰਕਾਰ ਦੇ ਵੱਲੋਂ ਨਵਾਂ ਕਾਨੂੰਨ ਬਣਾ ਕੇ ਜੋ ਮੰਡੀ ਕਰਨ ਲਾਗੂ ਕੀਤਾ ਜਾ ਰਿਹਾ ਹੈ ਉਹ ਕਿਸਾਨਾਂ ਦੇ ਲਈ ਕਾਲਾ ਕਾਨੂੰਨ ਸਾਬਤ ਹੋਵੇਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਲੁਜਲੰਦਰ ਪਹੁੰਚਣ ਤੇ ਲੰਮਾ ਪਿੰਡ ਚੌਕ ਅਤੇ ਰਾਮਾ ਮੰਡੀ ਚੌਕ ਦੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ। कोरोना ਦੇ ਖਾਤਮੇ ਦੇ ਲਈ ਲੋਕ ਨਿਭਾ ਸਕਦੇ ਹਨ ਅਹਿਮ ਰੋਲ ਡੀਸੀ ਕੋਵਿਡ 19 ਮਹਾਮਾਰੀ ਤੇ ਕਾਬੂ ਪਾਨ ਦੇ ਲਈ ਸਰਕਾਰ ਦੇ ਵੱਲੋਂ ਹਰ ਇੱਕ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਮਹਾਮਾਰੀ ਦੇ ਖਾਤਮੇ ਲਈ ਲੋਕ ਹੀ ਸਿਹਤ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਨੂੰ ਵਰਤ ਕੇ ਆਪਣੇ ਵਰਤਕੇ ਦੇ ਅਪਣਾ ਕੇ ਇਸ ਦਾ ਖਾਤਮਾ ਕਰ ਸਕਦੇ ਹਨ ਉਕਤ ਪ੍ਰਗਟਾਵਾ ਸ਼ਿਵ ਦੁਲਾਰ ਸਿੰਘ ਢਿੱਲੋ ਡਿਪਟੀ ਕਮਿਸ਼ਨਰ ਅਮਰਤਸਰ ਨੇ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਦੇ ਨਾਲ ਕਰੋਨਾ ਵਰਗੀ ਮਹਾਮਾਰੀ ਦੇ ਚੱਲਦਿਆਂ ਪੰਜਾਬ ਦੀ ਸਥਿਤੀ ਨੂੰ ਬਹੁਤ ਹੱਦ ਤੱਕ ਕੰਟਰੋਲ ਕੀਤਾ ਗਿਆ ਹੈ ਸਰਕਾਰ ਦੁਆਰਾ ਵਿੱਡੀ ਮਿਸ਼ਨ ਫਤਿਹ ਮੁਹੰਮਦ ਤਹਿਤ ਲਾਜ਼ਮੀ ਹੀ ਕਰੋਨਾ ਤੇ ਫਤਿਹ ਪਾਈ ਜਾਵੇਗੀ ਪੱਛਮੀ ਬੰਗਾਲ ਨੇ ਲਾਕਡਾਊਨ ਨੂੰ 31 ਜੁਲਾਈ ਤੱਕ ਵਧਾਇਆ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਚੋਂ ਜਾਰੀ ਲਾਕਡਾਊਨ 31 ਜੁਲਾਈ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਹੈ ਤਾਂ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਪੱਛਮੀ ਬੰਗਾਲ ਚ ਫਿਲਹਾਲ ਜਾਰੀ ਲਾਕਡਾਊਨ 30 ਜੂਨ ਨੂੰ ਖਤਮ ਹੋਣ ਵਾਲਾ ਸੀ ਸੂਬਾ ਸਕਤ੍ਰੀਤ ਦੇ ਸਾਹਮਣੇ ਸਥਿਤ ਆਡੀਟੋਰੀਅਮ ਵਿੱਚ ਸਰਪਾਰਟੀ ਬੈਠਕ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਬੈਨਰਜੀ ਨੇ ਕਿਹਾ ਕਿ ਨੇਤਾਵਾਂ ਦੇ ਇਸ ਵਿਚਾਰਾਂ ਵਿੱਚ ਪਿੰਤਾ ਸੀ ਪਰ ਆਖਰ ਦੇ ਵਿੱਚ ਫੈਸਲਾ ਕੀਤਾ ਗਿਆ ਲਾਕਡਾਊਨ ਨੂੰ ਕੁਝ ਢਿੱਲ ਦੇ ਨਾਲ ਜੁਲਾਈ ਦੇ ਅਖੀਰ ਤੱਕ ਵਾਅਦਾ ਕਰ ਦਿੱਤਾ ਜਾਵੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਣ ਤੇ ਬੈਂਸ ਪ੍ਰਾਵਾਂ ਦੇ ਸਮੇਤ ਸੜ ਸੈਂਕੜੇ ਵਰਕਰਾਂ ਦੇ ਖਿਲਾਫ ਮਾਮਲਾ ਦਰਜ ਪਰ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਬੇਨਤੀ ਹੈ ਜੀ ਜੇਕਰ ਤੁਸੀਂ ਹਾਲੇ ਤੱਕ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜੀ ਲਾਈਕ ਜ਼ਰੂਰ ਕਰੋ ਕਿਉਂਕਿ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਨੱਪੋ ਕੇਂਦਰ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਪਾਸ ਕੀਤੇ ਗਏ ਖੇਤੀ ਸੋੜ ਆਰਡੀਨੈਂਸ ਖਿਲਾਫ ਸਾਈਕਲ ਰੋਸ ਰੈਲੀ ਕਰ ਰਹੇ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਭਰਾ ਸਮੇਤ ਸੈਂਕੜੇ ਵਰਕਰਾਂ ਖਿਲਾਫ ਸਮਾਜਿਕ ਦੂਰੀਆਂ ਧੱਜੀਆਂ ਉਡਾਣ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਵਿਧਾਇਕਾਂ ਸ ਬਲਵਿੰਦਰ ਸਿੰਘ ਬੈਂਸ ਸਿਮਰਜੀਤ ਸਿੰਘ ਬੈਂਸ ਸਮੇਤ ਸੈਂਕੜੇ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਹੈ ਸੋ ਸ਼ਰੋਤੇ ਵੀਰ ਇਸ ਕੇਸ ਦਰਜ ਦੇ ਉੱਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣ ਗੁਰੂ ਨਾਨਕ ਕੇਵਲ ਸਿੱਖਾਂ ਦੇ ਹੀ ਨਹੀਂ ਸਗੋ ਪੂਰੀ ਮਨੁੱਖਤਾ ਦੇ ਸਰਬਸਾਂਝੇ ਗੁਰੂ ਹਾਰੂਨ ਖਾਲਿਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਆਨ ਕੇਂਦਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਵ ਸੰਬੰਧੀ ਅੰਤਰਰਾਸ਼ਟਰੀ ਆਨਲਾਈਨ ਭਾਸ਼ਨਾ ਦੀ ਲੜੀ ਦੀ ਸ਼ੁਰੂਆਤ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸਾਧੂ ਦੀ ਅਗਵਾਈ ਹੇਠ ਕੀਤੀ ਜਿਸ ਅਧੀਨ ਅੱਜ ਅਮਰੀਕਾ ਤੇ ਪਾਕਿਸਤਾਨ ਤੋਂ ਵਿਦਵਾਨਾਂ ਨੇ ਭਾਗ ਲਿਆ ਇਸ ਲੜੀ ਦੇ ਤਹਿਤ ਬਾਬਾ ਨਾਨਕ ਅਤੇ ਭਗਤੀ ਲਹਿਰ ਵਿਸ਼ੇ ਤੇ ਪਹਿਲਾ ਭਾਸ਼ਣ ਸਿੱਖ ਸਟੱਡੀਜ਼ ਦੇ ਵਿਦਵਾਨ ਪ੍ਰੋਫੈਸਰ ਗੁਰਿੰਦਰ ਸਿੰਘ ਮਾਨ ਨੇ ਦਿੱਤਾ ਮਾਨ ਦੀ ਮੁਢਲੀ ਦਲੀਲ ਇਹ ਸੀ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਤ ਪਰੰਪਰਾ ਦੇ ਅਧੀਨ ਨਹੀਂ ਦੇਖਣਾ ਚਾਹੀਦਾ ਇਸ ਦੇ ਸਬੰਧੀ ਗੁਰੂ ਸਾਹਿਬ ਬਾਰੇ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਆਪਣੇ ਆਪ ਨੂੰ ਕਵੀ ਕਿਹਾ ਜੋ ਸਰਵ ਉੱਚ ਪ੍ਰਭੂ ਦੇ ਗੁਣ ਗਾਉਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਕਾਲਜਾਂ ਦੇ ਅਧਿਆਪਕ ਤਨਖਾਹਾਂ ਨੂੰ ਤਰਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਦਿਆ ਦੇ ਵਿਸਾਰ ਦੇ ਲਈ 1925 ਤੋਂ ਹੀ ਇਸ ਖੇਤਰ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਇਸ ਦੇ ਪ੍ਰਬੰਧ ਹੇਠਲੇ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਦੇ ਭੁਗਤਾਨ ਨੂੰ ਲੈ ਕੇ ਕਮੇਟੀ ਵੱਜੇ ਫੰਡਾਂ ਦੀ ਵਰਤੋਂ ਕਰਨ ਤੇ ਆ ਚੁੱਕੀ ਹੈ ਜੀ ਇੱਕ ਪਾਸੇ ਕਰੋਨਾ ਕਾਰਨ ਗੁਰਦੁਆਰਿਆਂ ਤੋਂ ਲਏ ਜਾਣ ਵਾਲੇ 5% ਦੀ ਵਿੱਦਿਆ ਫੰਡ ਵੀ ਆਉਂਦੇ ਹੀ ਨਹੀਂ ਮਿਲ ਰਹੇ ਤੇ ਦੂਜੇ ਪਾਸੇ ਅਧਿਆਪਕਾਂ ਦੀ ਕਈ ਮਹੀਨਿਆਂ ਦੀਆਂ ਤਨਖਾਹਾਂ ਦਾ ਬੋਝ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਇੱਕ ਦਹਾਕਾ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਇੱਕ ਡਾਇਰੈਕਟਰ ਆਫ ਐਜੂਕੇਸ਼ਨ ਨੇ ਸਥਾਪਤਾ ਕਰਕੇ ਸਕੂਲਾਂ ਦੀ ਨਿਹਾਰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ ਕਮੇਟੀ ਦੇ ਵੱਲੋਂ ਚਲਾਏ ਜਾਂਦੇ ਸਕੂਲਾਂ ਦੇ ਵਿੱਚ ਜ਼ਿਆਦਾਤਰ ਸਕੂਲ ਐਡਿਟ ਸਕੂਲ ਹਨ ਜਿਨ੍ਹਾਂ ਦੇ ਵਿੱਚ ਮਹਿਜ 5% ਦੀ ਅਧਿਆਪਕ ਹੀ ਐਡਿਟ ਹਨ ਜਦਕਿ 95% ਦੀ ਅਧਿਆਪਕ ਕਮੇਟੀ ਨੇ ਭਰਤੀ ਕਰਕੇ ਸਾਰਾ ਬੋਝ ਚੁੱਕਿਆ ਹੋਇਆ ਹੈ। ਇਨ੍ਹਾਂ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਤਨਖਾਹਾਂ ਦੇਣ ਦੇ ਲਈ ਸ਼੍ਰੋਮਣੀ ਕਮੇਟੀ ਨੇ ਪ੍ਰਬੰਧ ਹੇਠਲਾ ਐਕਸ਼ਨ 85 ਦੇ ਗੁਰੂ ਘਰਾਂ ਤੋਂ 5% ਦੀ ਵਿੱਦਿਆ ਫੰਡ ਲਿਆ ਜਾਂਦਾ ਹੈ ਤੇ ਇਸ ਫੰਡ ਦੀ ਵਰਤੋਂ ਬੱਚਿਆਂ ਦੀਆਂ ਫੀਸਾਂ ਅਮਰਤਾ ਦੀ ਅਤੇ ਯੋਗ ਵਿਦਿਆਰਥੀਆਂ ਨੂੰ ਵਜੀਫੇ ਦੇਣ ਜਾਂ ਇਮਾਰਤਾਂ ਦੀ ਸਾਂਭ ਸੰਭਾਲ ਦੇ ਲਈ ਖਰਚ ਕਰਨੇ ਹੁੰਦੇ ਹਨ ਪਰ ਹਾਲਾਤ ਇਹ ਹਨ ਕਿ ਸ਼੍ਰੋਮਣੀ ਕਮੇਟੀ ਦੇ ਕਈ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਨੂੰ 3 ਤੋਂ 13 ਮਹੀਨੇ ਤੱਕ ਦੀਆਂ ਤਨਖਾਹਾਂ ਨਹੀਂ ਮਿਲੀਆਂ ਗੱਤੇ ਦੇ ਡੱਬੇ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ ਦਵਾਬਾ ਚੌਕ ਨੇੜੇ ਭਗਤਾਪੁਰ ਵਿੱਚ ਗੱਤੇ ਦੇ ਗੱਤੇ ਦੇ ਡੱਬੇ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਰਕੇ ਅੱਗ ਲੱਗ ਗਈ ਰੈਮੋ ਪੈਕ ਬਾਕਸ ਫੈਕਟਰੀ ਦੇ ਮਾਲਕ ਵਿਪਨ ਕੁਮਾਰ ਨੇ ਦੱਸਿਆ ਕਿ ਜਦੋਂ ਸਵੇਰੇ ਫੈਕਟਰੀ ਵਿੱਚ ਕੰਮ ਸ਼ੁਰੂ ਕੀਤਾ ਤਾਂ ਗੱਤੇ ਦੇ ਢੇਰ ਵਿੱਚ ਅੱਗ ਲੱਗਣ ਦਾ ਪਤਾ ਲੱਗਾ ਫਾਇਰ ਬ੍ਰਿਗੇਡ ਦੀ ਸਹਾਇਤਾ ਦੇ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਉਹਨਾਂ ਦਾ ਬਹੁਤਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਫਾਇਰ ਬ੍ਰਿਗੇਡ ਦੇ ਇੰਚਾਰਜ ਯਸ਼ਪਾਲ ਨੇ ਦੱਸਿਆ ਕਿ ਫੈਕਟਰੀ ਨੂੰ ਮਾਲਕਾਂ ਦੇ ਵੱਲੋਂ ਅੱਗ ਲੱਗਣ ਦੀ ਸੂਚਨਾ ਫੋਨ ਤੇ ਦਿੱਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਉਹ ਜਲਦੀ ਪਹੁੰਚੇ ਪੰਜਾਬ ਚ ਕੋਰੋਨਾ ਪ੍ਰਕੋਪ ਵਧਿਆ ਅੱਜ ਆਏ 230 ਮਰੀਜ਼ ਤੇ 8 ਮੌਤਾ ਪੰਜਾਬ ਦੇ ਵਿੱਚ ਅੱਜ 230 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪੋਜ਼ਿਟਿਵ ਆਈ ਹੈ ਜਿਸ ਦੇ ਨਾਲ ਹੁਣ ਤੱਕ ਕੋਰੋਨਾ ਪੋਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 4627 ਹੋ ਗਈ ਹੈ 8 ਹੋਰ ਮੌਤਾਂ ਹੋ ਜਾਣ ਦੇ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 113 ਹੋ ਗਈ ਹੈ ਸਰਕਾਰੀ ਤੌਰ ਤੇ ਪ੍ਰਾਪਤ ਅੰਕੜਿਆਂ ਦੇ ਮੁਤਾਬਕ ਅੱਜ ਸਭ ਤੋਂ ਵੱਧ ਮਾਮਲਿਆਂ ਦੇ ਵਿੱਚ ਸੰਗਰੂਰ 64 ਜਲੰਧਰ ਚੋਂ 43 ਲੁਧਿਆਣਾ 27 ਤੇ ਮੁਕਤਸਰ ਸਾਹਿਬ ਚੋਂ 33 ਕੇਸ ਨਵੇਂ ਆਏ ਅਗਲੀ ਖਬਰ ਆ ਰਹੀ ਹੈ ਜੀ ਡਾਕਟਰ ਵਰਜਿੰਦਰ ਸਿੰਘ ਹਮਦਰਦ ਜੰਗ ਅਜ਼ਾਦੀ ਫਾਊਂਡੇਸ਼ਨ ਦੇ ਚੇਅਰਮੈਨ ਵੱਜੋਂ ਅਸ਼ਤੀਫਾ ਦੇਣ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਸੁਖਬੀਰ ਬਾਦਲ ਕਿਹਾ ਕਿ ਪੰਜਾਬ ਇੱਕ ਯਾਦਗਾਰ ਨੂੰ ਸਥਾਪਿਤ ਕਰਨ ਦੀ ਸ਼ੁਰੂਆਤ ਦੇ ਨਾਲ ਜੁੜੇ ਇੱਕ ਦੂਰਦਰਸ਼ੀ ਵਿਅਕਤੀ ਨੂੰ ਅਲਵਿਦਾ ਕਹਿਣ ਦੀ ਆਗਿਆ ਨਹੀਂ ਦੇ ਸਕਦਾ ਮੁੱਖ ਮੰਤਰੀ ਦੇ ਦਖਲ ਮੁੱਖ ਮੰਤਰੀ ਤੋਂ ਦਖਲ ਮੰਗਿਆ ਤੇ ਡਾਕਟਰ ਹਮਦਰਦ ਨੂੰ ਜੀਵਨ ਭਰ ਲਈ ਫਾਊਂਡੇਸ਼ਨ ਦਾ ਚੇਅਰਮੈਨ ਨਿਯੁਕਤ ਕਰਨ ਦੀ ਕੀਤੀ ਮੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਜੰਗ ਅਜ਼ਾਦੀ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਵਰਜਿੰਦਰ ਸਿੰਘ ਹਮਦਰਦ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਸ਼ਦੀਫੇ ਤੇ ਮੁੜ ਵਿਚਾਰ ਕਰਨ ਉਹਨਾਂ ਦੀ ਸਖਤ ਮਿਹਨਤ ਅਤੇ ਸਮਰਪਣ ਦੀ ਭਾਵਨਾ ਦੀ ਬਦੌਲਤ ਹੀ ਜੰਗ ਅਜ਼ਾਦੀ ਵਿਸ਼ਵ ਦੇ ਨਕਸ਼ੇ ਤੇ ਆ ਸਕਿਆ ਤੇ ਇਸ ਲੀਡਰਸ਼ਿਪ ਦੀ ਬਦੌਲਤ ਹੀ ਇਹ ਯਾਦਗਾਰ ਪਹਿਲਾ ਤਹਿ ਨਕਸ਼ੇ ਅਨੁਸਾਰ ਹੀ ਪੂਰੀ ਹੋਵੇਗੀ ਨੇਤਾ ਦੇ ਰਿਸ਼ਤੇਦਾਰ ਨੇ ਕਰਵਾਉਣਾ ਸੀ ਡੋਪ ਟੈਸਟ ਸਟਾਫ ਘਰ ਸੱਦ ਕੇ ਦਿੱਤਾ ਸੈਂਪਲ ਅਸਲਾਤਾਰ ਗਾਣੀ ਲਾਜ਼ਮੀ ਕੀਤਾ ਗਿਆ ਡੋਪ ਟੈਸਟ ਰਾਜਨੇਤਾਵਾਂ ਦੀ ਦਹਲਿਜ਼ ਤੇ ਹੈ ਗੁਰੂ ਨਾਨਕ ਗੁਰੂ ਨਗਰੀ ਦੇ ਇੱਕ ਰਾਜਨੇਤਾ ਦੇ ਰਿਸ਼ਤੇਦਾਰ ਨੇ ਆਪਣਾ ਡੋਪ ਟੈਸਟ ਕਰਵਾਉਣਾ ਸੀ ਇਸ ਲਈ ਸਰਕਾਰੀ ਸਟਾਫ ਨੂੰ ਆਪਣੇ ਘਰ ਸੱਦ ਲਿਆ ਸਟਾਫ ਵੀ ਨਤਮਸਤਕ ਹੁੰਦੇ ਹੋਏ ਉਹਨਾਂ ਦੇ ਘਰ ਪਹੁੰਚ ਗਿਆ ਇਸ ਰਿਸ਼ਤੇਦਾਰ ਦਾ ਯੂਰਿਨ ਸੈਂਪਲ ਲਿਆ ਫਿਰ ਲੈਬ ਚ ਟੈਸਟਿੰਗ ਲਈ ਲਾ ਦਿੱਤਾ ਇਸ ਘਟਨਾ ਦਾ ਡੋਪ ਟੈਸਟ ਪ੍ਰਤੀਕਿਰਿਆ ਤੇ ਸਵਾਲ ਜੁੜ ਗਿਆ ਇਹ ਕਾਰਗੁਜ਼ਾਰੀ ਸਰਕਾਰੀ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਬਣਾਏ ਗਏ ਡੋਪ ਟੈਸਟ ਕੇਂਦਰ ਦੇ ਸਟਾਫ ਦੀ ਹੈ ਦਰਅਸਲ ਡੋਪ ਟੈਸਟ ਕਰਵਾਉਣ ਦੇ ਲਈ ਅਸਲਾਧਾਰਕ ਨੂੰ ਡੋਪ ਟੈਸਟ ਸੈਂਟਰ ਆਉਣਾ ਪੈਂਦਾ ਹੈ ਉਹ ਕੇਂਦਰ ਦੇ ਇੱਕ ਕਰਮਚਾਰੀ ਸਾਹਮਣੇ ਆਪਣਾ ਯੂਰਿਨ ਕੰਟੇਨਰ ਭਰਦਾ ਹੈ ਬਾਬਾ RAMDEV ਖਿਲਾਫ DGP ਨੂੰ ਸ਼ਿਕਾਇਤ ਸ਼ਿਕਾਇਤਕਰਤਾਵਾਂ ਨੇ ਦੱਸਿਆ ਇਹ ਕਾਰਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਾਕਮ ਸਿੰਘ ਸਿਮਰਨਜੀਤ ਕੌਰ ਗਿੱਲ ਅਤੇ RTI ਕਾਰਕੁਨ ਪਰਵਿੰਦਰ ਸਿੰਘ ਕਿਤਨਾ ਕੁਲਦੀਪ ਸਿੰਘ ਖੈਰਾ ਨੇ ਸਾਂਝੇ ਤੌਰ ਤੇ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੂੰ ਸ਼ਿਕਾਇਤ ਭੇਜ ਕੇ ਬਾਬਾ RAMDEV ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਬਾਬਾ RAMDEV ਨੇ ਕਰੋਨਾ ਦੇ ਇਲਾਜ ਦੀ ਦਵਾਈ ਤਿਆਰ ਕਰਨ ਦੇ ਦਾਅਵੇ ਕੇਂਦਰ ਸਰਕਾਰ ਦੀ ਆਯੂਸ਼ ਮਿਨਿਸਟਰੀ ਅਤੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੂੰ ਬਿਨਾ ਭਰੋਸੇ ਦੇ ਵਿੱਚ ਲਾਇਕੀਤੇ ਹਨ ਅਜਿਹਾ ਕਰਨਾ ਭਾਰਤ ਸਰਕਾਰ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗਾਂ ਦੇ ਹੁਕਮਾਂ ਦੀ ਉਲੰਘਣਾ ਹੈ 15000 ਅਧਿਆਪਕ ਕੀਤੇ ਜਾਣ ਭਰਤੀ ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਨੇ ਕੀਤੀ ਮੰਗ ਟੱਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਰਡ ਦੀਆਂ 2182 ਅਸਾਮੀਆਂ 'ਚੋਂ ਕੀਤੇ ਨੇ ਗੁਣੇਵਾਦੇ ਨੂੰ ਨਾ ਮਨਜ਼ੂਰ ਕੀਤਾ ਹੈ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਣ ਨੇ ਪ੍ਰੈਸ ਸਖਤਰ ਰਣਦੀਪ ਸਿੰਘ ਸੰਗਤਪੁਰਾ ਨੇ ਕਿਹਾ ਕਿ ਪਿਛਲੇ ਦਿਨੀ ਵਿਭਾਗ 'ਚੋਂ ਅਸਾਮੀਆਂ 'ਚੋਂ ਬੈਕਲੌਗ ਕੋਟੇ ਦੇ ਰਾਹੀਂ ਵਾਅਦਾ ਕਰਦਿਆ ਵੱਖ-ਵੱਖ ਵਿਸ਼ਿਆਂ ਤੇ ਕਰੀਬ 300 ਅਸਾਮੀਆਂ ਵਧਾਈਆਂ ਗਈਆਂ ਉਨ੍ਹਾਂ ਨੇ ਕਿਹਾ ਜੇਕਰ ਸਰਕਾਰੀ ਸਕੂਲਾਂ 'ਚੋਂ ਨਵੇਂ ਦਾਖਲੇ 2 ਲੱਖ ਹੋ ਚੁੱਕੇ ਹਨ ਤਾਂ ਸਰਕਾਰ ਨੂੰ ਵੱਡੀ ਗਿਣਤੀ ਸਰਕਾਰ ਵੱਡੀ ਭਰਤੀ ਕਰਨ ਤੋਂ ਕਿਉਂ ਟਾਲਾ ਵਟ ਰਹੀ ਹੈ ਕਰੋਨਾ ਸੰਕਟ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਕਾਰਨ ਵੱਡੀ ਗਿਣਤੀ 'ਚੋਂ ਵਿਦਿਆਰਥੀ ਨਿੱਜੀ ਤੋਂ ਸਰਕਾਰੀ ਸਕੂਲਾਂ ਵੱਲ ਜਾ ਰਹੇ ਹਨ ਇਸ ਕਰਕੇ ਨਵੇਂ ਦਾਖਲਿਆਂ ਦਾ ਅੰਕੜਾ 2 ਲੱਖ ਤੋਂ ਵੱਧ ਹੋ ਚੁੱਕਾ ਹੈ ਫਰਜ਼ੀ ਸਰਟੀਫਿਕੇਟ ਤੇ ਰਿਪੋਰਟਾਂ ਬਦਲਣ ਦੇ ਮਕਦਮੇ 'ਚ ਵਿਜੀਲੈਂਸ ਵੱਲੋਂ 3 ਹੋਰ ਗ੍ਰਿਫਤਾਰ ਰਿਸ਼ਵਤਖੋਰੀ ਦੇ ਚੱਲਦਿਆਂ ਅੰਗਹੀਨਾਂ ਨੂੰ ਫਰਜ਼ੀ ਸਰਟੀਫਿਕੇਟ ਜਾਰੀ ਕਰਨ, ਡੋਪ ਟੈਸਟ ਦੀਆਂ ਰਿਪੋਰਟਾਂ ਬਦਲਣ, ਲੜਾਈ ਛਾਗੜੇ ਚੋਂ ਦਾਖਲ ਮਰੀਜ਼ਾਂ ਦੀਆਂ ਐਮ ਐਲ ਆਰ ਦੀਆਂ ਸੱਟਾਂ ਦੀਆਂ ਤਬਦੀਲੀ ਕਰਨ, ਮਾਲ ਦੇ ਮਾਮਲੇ 'ਚੋਂ ਵਿਜੀਲੈਂਸ ਵਿਭਾਗ ਨੇ ਜਿੱਥੇ ਪਹਿਲਾਂ ਗ੍ਰਿਫਤਾਰ ਕੀਤੇ ਤਿੰਨ ਸੇਤ ਕਰਮਚਾਰੀਆਂ ਦਾ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਸਥਾਨਕ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ ਹੈ ਇਸ ਮੁਕਦਮੇ 'ਚੋਂ ਚੋਕਸੀ ਵਿਭਾਗ ਦੇ ਵੱਲੋਂ ਤਿੰਨ ਹੋਰ ਵਿਅਕਤੀਆਂ ਨੂੰ ਅੱਜ ਸ਼ਾਮ ਗ੍ਰਿਫਤਾਰ ਕੀਤਾ ਗਿਆ ਹੈ। ਪਰਮਜੀਤ ਸਿੰਘ ਵਿਰਕ ਐਸਐਸਪੀ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨੇ ਦੱਸਿਆ ਕਿ ਮੁਕੱਦਮੇ ਦੀ ਪੜਤਾਲ ਕਰਦਿਆਂ ਇੱਕ ਮੈਡੀਕਲ ਹਾਲ ਦੇ ਸੰਚਾਲਕ ਅਨਿਲ ਕੁਮਾਰ ਜੀਬੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਕਾਊਂਟਰ ਇੰਟੈਲੀਜੈਂਸ ਨੇ 20 ਕਰੋੜ 80 ਲੱਖ ਦੀ ਹੋਰਾਇਣ ਸਮੇਤ ਤਸਕਰ ਨੂੰ ਕੀਤਾ ਕਾਬੂ। ਕਾਉਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਮਿltੀ ਜਦੋਂ ਨਸ਼ੇ ਦੀ ਸਮਗਲਿੰਗ ਕਰਨ ਵਾਲੇ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਮਿਲੀ ਜਾਣਕਾਰੀ ਦੇ ਅਨੁਸਾਰ ਐਸਆਈ ਅਰਵਿੰਦ ਪਾਲ ਸਿੰਘ ਨੂੰ ਖੂਫੀਆ ਇਤਲਾਹ ਹਾਸਲ ਹੋਈ ਕਿ ਕਸ਼ਮੀਰ ਸਿੰਘ ਉਰਫ ਸੀਰਾ ਪੁੱਤਰ ਫੌਜਾ ਸਿੰਘ ਕੌਮ ਰਾਏ ਸਿੱਖ ਰੋਹਿਲਾ ਹਾਜੀ ਥਾਣਾ ਮੁਹੰਮਦ ਜ਼ਿਲ੍ਹਾ ਫਿਰੋਜ਼ਪੁਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਹੈਰੋਇਨ ਦੇ ਮਕਦਮੇ ਵਿੱਚ ਸਜ਼ਾ ਕੱਟ ਰਿਹਾ ਹੈ ਇਸ ਵਕਤ ਪੈਰੋਲ ਪਰ ਆਇਆ ਹੋਇਆ ਹੈ ਹੁਣ 20 ਹੈਰੋਇਨ ਦੀ ਸਮਗਲਿੰਗ ਕਰਦਾ ਇਸ ਦੇ ਪਾਕਿਸਤਾਨੀ ਸਮਗਲਰਾਂ ਦੇ ਨਾਲ ਸੰਬੰਧ ਹਨ ਅਤੇ ਮੋਬਾਈਲ ਫੋਨ ਇੰਟਰਨੈਟ ਰਾਹੀਂ ਗੱਲਬਾਤ ਕਰਕੇ ਪਾਕਿਸਤਾਨੀ ਸਮਗਲਰਾਂ પાસે ਹੇਰੋਇਨ ਮੰਗਵਾ ਕੇ ਭਾਰਤ ਵਿੱਚਲੇ ਸਮਗਲਰਾਂ ਨੂੰ ਸਪਲਾਈ ਕਰਦਾ ਹੈ ਜਿਸ ਨੇ ਹੈਰੋਇਨ ਬੀਐਸਐਫ ਚੌਂਕੀ ਸ਼ਾਮੇਕੇ ਦੇ ਏਰੀਏ ਬਹਾਦਰ ਅਕਬਾ ਗੱਟੀ ਰੱਜੋ ਕਿਹਦੇ ਖੇਤਾਂ ਦੇ ਵਿੱਚ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਏਰੀਆ ਦੇ ਵਿੱਚ ਲੁਕਾਸ਼ੇ ਪਾ ਕੇ ਰੱਖੀ ਹੋਈ ਹੈ। ਦੋਚੀ ਦੀ ਨਿਸ਼ਾਨਦੇਹੀ ਤੇ ਬੀਐਸਐਫ ਦੀ ਚੌਂਕੀ ਸ਼ਾਮੇ ਕੇਦੇ ਏਰੀਆ ਵਿੱਚ ਬੀਐਸਐਫ ਫੈਕਸਿੰਗ 게ਟ ਨੰਬਰ ਆ 184 ਭਾਰਤ ਪਾਕ ਬਾਰਡਰ ਕੰਡਿਆਲੀ ਤਾਰ ਤੋਂ ਪਾਰ ਏਰੀਆ ਦੇ ਵਿੱਚ ਦੱਬੀ ਦੋ ਬੋਤਲ 4 ਕਿਲੋ 160 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ 20 ਕਰੋੜ 80 ਲੱਖ ਰੁਪਏ ਕੀਮਤ ਦੱਸੀ ਜਾ ਰਹੀ ਹੈ। ਜ਼ਿਲ੍ਹਾ ਫਰੋਜ਼ਪੁਰ 'ਚ ਕੋਰੋਨਾ ਨੇ 5 ਹੋਰ ਲੋਕਾਂ ਨੂੰ ਡੰਗਿਆ ਕੁੱਲ ਐਕਟਿਵ ਕੇਸ ਹੋਏ 29 ਐਲਏਸੀ ਤੇ ਤਣਾਅ ਵਾਲੇ ਇਲਾਕਿਆਂ ਤੋਂ ਨਹੀਂ ਹਟ ਰਿਹਾ ਚੀਨ ਫੌਜ ਨੇ ਵਧਾਈ ਭਾਰਤ ਨੇ ਦਿਖਾਈ ਤਾਕਤ ਇੱਕ ਪਾਸੇ ਚੀਨ ਤਾਂ ਗੱਲਬਾਤ ਦਾ ਵਿਖਾਵਾ ਕਰ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੂਰਬੀ ਲਦਾਖ ਦੇ ਐਲਏਸੀ ਦੇ ਨਾਲ ਫਿੰਗਰ ਇਲਾਕੇ 'ਚ ਫੌਜ ਨਿਰਮਾਣ ਦਾ ਕੰਮ ਕਰਕੇ ਖੁਦ ਨੂੰ ਰਣਨੀਤਿਕ ਵਿਚਾਰ ਨਾਲ ਲਗਾਤਾਰ ਮਜ਼ਬੂਤ ਕਰ ਰਿਹਾ ਹੈ ਸਮਾਚਾਰ ਏਜੰਸੀ IANI ਦੀ ਰਿਪੋਰਟ ਦੇ ਮੁਤਾਬਕ ਚੀਨੀ ਫੌਜ ਬੀਤੀ ਰਾਤ 4 ਮਈ ਤੋਂ ਹੀ ਪੂਰਬੀ ਲਦਾਖ ਸੈਕਟਰ ਚੂ ਐਲ ਏ ਸੀ ਨਾਲ ਲੱਗਦੇ ਇਲਾਕਿਆਂ 'ਚ ਭਾਰੀ ਤੋਪਖਾਨਾ ਤੇ ਬਖਤਰਬੰਦ ਵਾਹਨਾਂ ਦੇ ਨਾਲ 10000 ਤੋਂ ਜ਼ਿਆਦਾ ਫੌਜੀਆਂ ਦੀ ਤਾਇਨਾਤੀ ਕੀਤੀ ਹੈ। ਖੇੜ ਦੀ ਹੋਈ ਬੱਚੀ ਡੂੰਘੇ ਟੋਏ 'ਚ ਡਿੱਗੀ ਬਚਾਉਣ ਗਈ ਚਾਚੀ ਦੀ ਵੀ ਮੌਤ ਪਿੰਡ ਰਤੋਵਾਲ ਦੇ ਇੱਟਾਂ ਦੇ ਪੱਠੇ ਤੇ ਪੁੱਟਣਾ ਲਈ ਪੁੱਥੇ ਕਰੀਬ 10 ਫੁੱਟ ਡੂੰਘੇ ਟੋਏ ਦੇ ਵਿੱਚ ਖੇਡਦੀ 6 ਸਾਲਾ ਬੱਚੀ ਜੜਦੀ ਗਈ ਬੱਚੀ ਨੂੰ ਪਾਣੀ ਤੋਂ ਡੁੱਬਨ ਦੇ ਕਰਕੇ ਤਾਂ ਉਸਦੀ ਚਾਚੀ ਬਚਾਉਣ ਦੇ ਲਈ ਟੋਏ ਦੇ ਵਿੱਚ ਚਲੀ ਗਈ ਦੋਵਾਂ ਦੀ ਭਰੇ ਪਾਣੀ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ ਸੁਖਬੀਰ ਬਾਦਲ ਨੇ ਕਿਹਾ ਇਕਾਲੀ ਦਲ ਕਿਸਾਨ ਦੀ ਪਲਾਈ ਦੇ ਲਈ ਕੋਈ ਵੀ ਕੁਰਬਾਨੀ ਦੇਣ ਦੇ ਲਈ ਤਿਆਰ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਕਾਂਗਰਸ ਦੇ ਵੱਲੋਂ ਕੇਂਦਰ ਦੇ ਆਰਡੀਨੈਂਸਾਂ ਤੇ ਸਿਆਸੀ ਕਰਨ ਦੇ ਯਤਨ ਕਾਰ ਕੀਤੇ ਠੋਸ ਆਖਿਆ ਕੋਈ ਵੀ ਮੰਤਰੀ ਦਾ ਅਹੁਦਾ ਸਰਕਾਰ ਜਾਂ ਗੱਠ ਜੋੜ ਕਿਸਾਨਾਂ ਦੀ ਭਲਾਈ ਤੋਂ ਉੱਪਰ ਨਹੀਂ ਕਿਹਾ ਪਾਰਟੀ ਸੰਗਵਾਦ ਪ੍ਰਤੀ ਵਚਨਬੰਧ ਯਕੀਨ ਦਵਾਇਆ ਕਿ ਘੱਟੋ ਘੱਟ ਸਮਰਥਨ ਮੁੱਲ ਖਤਮ ਨਹੀਂ ਕੀਤਾ ਜਾਵੇਗਾ ਕਾਂਗਰਸ ਸਰਕਾਰ ਨੂੰ ਡੀਜ਼ਲ ਤੇ ਵੈਟ ਸੂਬੇ ਦੇ ਵੈਟ ਚ 10 ਰੁਪਏ ਪ੍ਰਤੀ ਲੀਟਰ ਕਟੌਤੀ ਕਰਨ ਲਈ ਆਖਿਆ ਭਰੋਸਾ ਦਵਾਇਆ ਕਿ ਜਦੋਂ ਅਜਿਹਾ ਹੋ ਗਿਆ ਤਾਂ ਅਕਾਲੀ ਦਰ ਹੋਰ ਪਾਰਟੀਆਂ ਦੇ ਨਾਲ ਮਿਲ ਕੇ ਕੇਂਦਰ ਕੋਲ ਰੇਟ ਦੀ ਚੁਕਟौती ਦੇ ਲਈ ਪਹੁੰਚ ਕਰੇਗਾ ਸ਼ਰਾਬ ਬੀਜ ਅਤੇ ਰਾਸ਼ਨ ਕਟਾਲਿਆਂ ਦੇ ਬਾਰੇ ਵੀ ਸਰਪਾਰਟੀ ਮੀਟਿੰਗ ਸੱਦੀ ਜਾਵੇ ਪੰਜਾਬ ਸਰਕਾਰ ਦੇ ਵੱਲੋਂ 25 ਪ੍ਰਿੰਸੀਪਲਾਂ ਦੀਆਂ ਬਦਲੀਆਂ ਰਾਤੋਂ ਰਾਤ ਅਰੁਣਾਚਲ ਚੋਂ 50 60 ਕਿਲੋਮੀਟਰ ਖੇਤਰ ਦੇ ਚੀਨੀ ਫੌਜ ਦਾ ਖਦਬਰਾ ਸਰਕਾਰ ਸੱਚ ਦੱਸੇ ਕਾਂਗਰਸ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਸੰਸਦ ਮੈਂਬਰ ਤਾਪਰਗਾਵਾ ਨੇ Arunachal Pradesh ਚੋਂ 50-60 ਕਿਲੋਮੀਟਰ ਖੇਤਰ ਚ ਚੀਨ ਦੀ ਫੌਜ ਨੇ ਕਬਜ਼ਾ ਕਰਨ ਦਾ ਦਾਵਾ ਕੀਤਾ ਜਿਸ ਤੇ ਸਰਕਾਰ ਨੂੰ ਤਤਕਾਲ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਬਿਹਾਰ ਪੁਲਿਸ ਨੇ ਸਿੱਧੂ ਦੇ ਗੇਟ ਤੇ ਲਾਇਆ ਨੋਟਿਸ ਚਿਪਚਾ ਪਾ ਕੇ ਬਿਹਾਰ ਨੂੰ ਪਾਏ ਚਾਲੇ। ਸਾਬਕਾ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੂੰ ਚੋਣ ਜਾਬਤ ਦੀ ਉਲੰਘਣਾ ਦੇ ਸਬੰਧ ਚ ਦਰਜ ਕੇਸ ਦੇ ਵਿੱਚ ਸਮਨ ਤਾਮੀਲ ਕਰਾਉਣ ਦੇ ਲਈ 18 ਜੂਨ ਨੂੰ ਪੁੱਜੇ ਬਿਹਾਰ ਪੁਲਿਸ ਦੇ ਦੋ ਮੁਲਾਜ਼ਮ 5 ਦਿਨ ਤੱਕ ਸਿੱਧੂ ਜਾਂ ਉਹਨਾਂ ਦੇ ਕਿਸੇ ਨੁਮਾਇੰਦੇ ਦੇ ਵੱਲੋਂ ਕੋਈ ਪੱਲਾ ਨਾ ਫੜਾਏ ਜਾਣ ਤੋਂ ਬਾਅਦ ਘਰ ਦੇ ਬਾਹਰ ਥਾਣਾ ਕਟਿਆਰ ਤੋਂ ਆਏ ਪੁਲਿਸ ਮੁਲਾਜ਼ਮ ਘਰ ਦੇ ਬਾਹਰ ਨੋਟਿਸ ਚਿਪਕਾ ਕੇ ਵਾਪਸ ਮੁੜ ਗਏ ਸੇਵਾਵਾਂ ਰੈਗੂਲਰ ਕਰਵਾਉਣ ਦੇ ਲਈ ਨਰੇਗਾ ਮੁਲਾਜ਼ਮਾਂ ਦਾ 70 ਨਾ 7ਵੇਂ ਦਿਨ ਵੀ ਜਾਰੀ ਪੰਚਾਇਤ ਮੰਤਰੀ ਨਰੇਗਾ ਮੁਲਾਜ਼ਮਾਂ ਨੂੰ ਸਰਵ ਸਿੱਖਿਆ ਮੁਹਿੰਮ ਅਧਿਆਪਕਾਂ ਦੀ ਤਰਸਤੇ ਰੈਗੂਲਰ ਕਰਨ ਦਾ ਕੇਸ ਕੈਬਨਿਟ ਪਾਸੋਂ ਲਾਗੂ ਕਰਵਾਉਣ ਅਗਲੀ ਖਬਰ ਆ ਰਹੀ ਹੈ ਜੀ ਕਰਜ਼ੇ ਤੋਂ ਤੰਗ ਪਰੇਸ਼ਾਨ ਨੇ ਕੀਤੀ ਆਤਮ ਹੱਤਿਆ ਪੋਸਟਮਾਰਟਮ 'ਚੂ ਦੇਰੀ ਤੋਂ ਅੱਕੇ ਲੋਕਾਂ ਨੇ ਐਸ ਐਮਓ ਦਫ਼ਤਰ ਨੂੰ ਬਨਾਇਆ ਬੰਦਕ ਇਸ ਵੇਲੇ ਦੀ ਵੱਡੀ ਖਬਰ ਆ ਜੀ ਬਰਨਾਲਾ ਤੋਂ ਡੇਢ ਕੋ ਇਕੜ ਜ਼ਮੀਨ ਦੇ ਮਾਲਕ ਕਿਸਾਨ ਬਲਵਿੰਦਰ ਸਿੰਘ ਨਿਵਾਸੀ ਸੰਧੂਪੱਤੀ ਨੇ ਮੰਗਲਵਾਰ ਰਾਤ ਦੇਰ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਉਧਰ ਸਿਵਲ ਹਸਪਤਾਲ ਵੱਲੋਂ ਪੋਸਟਮਾਰਟਮ 'ਚੂ ਦੇਰ ਕਰਨ ਤੇ ਵੜ ਕੇ ਲੋਕਾਂ ਨੇ ਸਿਵਲ ਹਸਪਤਾਲ ਦੇ ਬਾਹਰ ਸੜਕ ਧਰਨਾ ਲਾ ਕੇ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰੀ ਮਾਨਸੂਨ ਦੌਰਾਨ ਜਲੰਧਰ ਤੋਂ 13 ਐਨਐਮ ਪਿਆ ਮੀ ਪਰਿਵਾਰ ਦੇ ਵੱਲੋਂ ਘਰ ਬੈਠ ਕੇ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਸੂਟ ਬੂਟ ਪਾ ਕੇ ਝੋਨਾ ਲਾਣ ਪਹੁੰਚੇ ਐਮਪੀ ਔਜਲਾ। ਮahanagar ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਆਉ ਪਿੰਡ ਚੱਲੀ ਹੈ ਮੁਹਿੰਮ ਦੇ ਤਹਿਤ ਪਿੰਡ ਚੀਤੇ ਵਿਖੇ ਕੋਵਿਡ-19 ਕਾਰਨ ਬੇਰੁਜ਼ਗਾਰ ਹੋਏ ਨੌਜਵਾਨਾਂ ਦਾ ਸੁਨੇਹਾ ਦੇਣ ਦੇ ਲਈ ਨਵੇਕਲਾ ਉਪਰਾਲਾ ਕੀਤਾ ਹੈ ਗੁਰਜੀਤ ਸਿੰਘ ਔਜਲਾਨ ਭਾਵੇਂ ਸੂਟ ਬੂਟ ਪਾ ਕੇ ਸੁਰੱਖਿਆ ਮਲਾਜ਼ਮਾਂ ਦੇ ਨਾਲ ਹੀ ਪਿੰਡ ਚੀਤੇ ਵਿਖੇ ਜਾ ਕੇ ਆਪਣੇ ਖੇਤਾਂ ਦੇ ਵਿੱਚ ਜ਼ਿਮੀਂਦਾਰਾਂ ਤੇ ਨੌਜਵਾਨਾਂ ਨੂੰ ਨਾਲ ਲੈ ਕੇ ਝੋਨਾ ਲਾਇਆ ਪਰ ਉਹਨਾਂ ਨੇ ਇਸ ਝੋਨੇ ਲਾਉਣ ਦੇ ਤੈਤ ਇੱਕ ਬਹੁਤ ਹੀ ਡੂੰਗਾ ਸੁਨੇਹਾ ਵੀ ਦਿੱਤਾ ਅਗਲੀ ਖਬਰ ਆ ਰਹੀ ਹੈ ਜੀ ਸਰਕਾਰ ਨੂੰ ਆਪਣੇ ਘਾਟੇ ਦੀ ਫਿਕਰ ਜਲਦ ਵੱਧਾਏ ਬੱਸਾਂ ਦਾ ਕਰਾਇਆ ਪੰਜਾਬ ਸਰਕਾਰ ਨੂੰ ਕੋਰੋਨਾ ਕਾਲ ਦੇ ਦੌਰਾਨ ਆਪਣੇ ਘਾਟੇ ਦੀ ਫਿਕਰ ਖਾਈ ਜਾ ਰਹੀ ਹੈ ਜਿਸ ਕਾਰਨ ਸਰਕਾਰ ਜਲਦੀ ਹੀ ਬੱਸਾਂ ਕਿਰਾਏ ਦੇ ਵਿੱਚ ਵਾਧਾ ਕਰੇਗੀ ਟਰਾਂਸਪੋਰਟ ਵਿਭਾਗ ਬੱਸ ਕਿਰਾਏ ਨੂੰ 50% ਤੱਕ ਵਾਧਾ ਚਾਹੁੰਦਾ ਸੀ ਪਰ ਮੁੱਖ ਮੰਤਰੀ ਨੇ ਇਸ ਵਾਅਦੇ ਨੂੰ ਗਲਤ ਕਰਾਰ ਦਿੰਦੇ ਹੋਏ ਕੁਝ ਘੱਟ ਵਾਅਦੇ ਨੂੰ ਹਰੀ ਝੰਡੀ ਦੇ ਦਿੱਤੀ ਹੈ ਹਾਲਾਂਕਿ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਟਰਾਂਸਪੋਰਟ ਮੰਤਰੀ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਰਹੇ ਹਨ ਪਰ ਦੱਸਿਆ ਜਾ ਰਿਹਾ ਹੈ ਕਿ 20% ਦੀ ਤੱਕ ਬੱਸ ਕਿਰਾਏ ਵਿੱਚ ਵਾਧਾ ਹੋ ਸਕਦਾ ਹੈ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਦੀ ਜੇਬ ਤੇ ਹੋਰ ਜ਼ਿਆਦਾ ਬੋਝ ਪੈਣ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪਿਤਾ ਤੇ ਪਤਨੀ ਦੇ ਨਾਲ ਸੈਰ ਕਰਨ ਨਿਕਲੇ ਨੌਜਵਾਨ ਦਾ 9 ਛੇੜੀਆਂ ਦੇ ਵੱਲੋਂ ਕਤਲ ਰਾਤ ਨੂੰ ਰੋਟੀ ਖਾ ਕੇ ਪਿਤਾ ਤੇ ਪਤਨੀ ਦੇ ਨਾਲ ਸੈਰ ਲਈ ਨਿਕਲੇ 21 ਸਾਲਾ ਨੌਜਵਾਨ ਦਾ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਮੁੱਲਜਮ ਨਸ਼ੇ ਦੀ ਹਾਲਤ ਦੇ ਵਿੱਚ ਸੰ ਘਟਨਾ 22 ਜੂਨ ਰਾਤ 12:00 ਵਜੇ ਤੋਂ ਬਾਅਦ ਦੀ ਹੈ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਨੌਜਵਾਨ ਜ਼ਖਮਾਂ ਦੀ ਨਾਬ ਤਾਬ ਨਾ ਚਲਦਿਆ ਹੋਇਆ 23 ਜੂਨ ਨੂੰ ਦਮ ਤੋੜ ਗਿਆ ਹਰਨੀਆਂ ਦਾ ਇਲਾਜ ਕਰਵਾਉਣ ਹਸਪਤਾਲ ਆਇਆ ਮਜ਼ਦੂਰ ਨਿਕਲਿਆ ਕਰੋਨਾ ਪੋਜ਼ਿਟਿਵ ਦਰਨੇ ਦੌਰਾਨ ਆਮ ਆਦਮੀ ਪਾਰਟੀ ਨੇ ਉਡਾਈਆਂ ਸਮਾਜਿਕ ਦੂਰੀਆਂ ਤਜੀਆਂ ਐਸਐਸਪੀ ਨੇ ਐਸਐਚਓ ਤੋਂ ਮੰਗੀ ਰਿਪੋਰਟ ਥਰਮਲ ਬੰਦ ਕਰਨ ਖਿਲਾਫ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਖਿਲਾਫ ਰੋਜ਼ ਮਜਾਰਾ ਕਰ ਰਹੇ ਆਮ ਆਦਮੀ ਪਾਰਟੀ ਆਗੂਆਂ ਤੇ ਵਲੰਟਰੀਆਂ ਨੇ ਸਮਾਜਿਕ ਦੂਰੀ ਦੀਆਂ ਰੱਜ ਕੇ ਤਜੀਆਂ ਉਡਾਈਆਂ ਰੋਜ਼ ਮਜਾਰੇ ਦੌਰਾਨ ਪੁਲਿਸ ਨਾਲ ਹੋਈ ਤਕਾਮੁਕੀ ਸਮੇ ਬਹੁਤੇ ਵਲੰਟਰੀਆਂ ਨੇ 마ਸਕ ਵੀ ਨਹੀਂ ਸੰਨ ਪਾਏ ਹੋਏ ਆਪ ਨੇ ਗੌਲੀ ਡਿੱਗੀ ਨੇੜੇ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਇਕੱਠ ਨਾ ਕਰਨ ਅਤੇ ਸਰੀਰਕ ਦੂਰੀ ਬਣਾਏ ਜਾ ਰੱਖਣ ਦੇ ਆਦੇਸ਼ਾਂ ਦੀ ਖਿੱਲੀ ਉਡਾਈ ਹੈ ਸੋ ਦੋਸਤੋ ਇਹ ਸਨ ਸੂਪੇ ਪੰਜਾਬ ਦੀਆਂ ਇਸ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ 'ਚ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ